ਅਤੇ ਉੱਥੋਂ ਬਾਹਰਲੇ ਪਾਸਿਓਂ ਇੱਕ ਪੱਥਰ ਵੱਜਿਆ ਜੀ ਇਹਦੇ ਯੁਵਰਾਜ 'ਤੇ, ਉਹਦੇ ਨਾਲ ਉਹ ਜ਼ਖਮੀ ਹੋਇਆ। ਉੱਥੋਂ ਉਹਨਾਂ ਨੇ ਮੈਨੂੰ ਦੱਸਿਆ ਵੀ ਇੱਦਾਂ ਕਰਕੇ ਆਪਣੇ ਗੱਡੀ ਜਿਹੜੀ ਇੱਕ ਦਿੱਲੀ ਤੋਂ ਪਠਾਨਕੋਟ ਚੱਲਦੀ ਆ ਅਤੇ ਆਪਣੇ ਕੋਲ ਖੰਨਾ ਸਟੇਸ਼ਨ 'ਤੇ ਲੇਕਿਨ ਉਹ ਨਹੀਂ ਰੁਕਦੀ, ਵੀ ਉਹਦੇ ਵਿੱਚੋਂ ਇੱਕ ਬੰਦਾ ਜ਼ਖਮੀ ਹੋ ਕੇ ਜੀ। ਸਰ ਕੀ ਮਾਮਲਾ ਜਿਹੜੇ ਆਪਣੇ ਇਲਾਕੇ ਦੇ ਵਿੱਚ ਇੱਕ ਗੱਡੀ 'ਤੇ ਪੱਥਰ ਮਾਰਨ ਦੀ ਘਟਨਾ ਸਾਹਮਣੇ ਆਈ ਆ? ਅਤੇ ਸਰ ਮੈਂ MHC ਥਾਣਾ ਸਾਡੇ GRP ਸਰਹੰਦ ਤੋਂ, ਉਹਨਾਂ ਦੀ ਇਤਲਾਹ ਦੇ ਮੁਤਾਬਕ ਕਾਰ ਸਰਕਾਰ ਦੇ ਸੰਬੰਧ 'ਚ ਥਾਣਾ ਸਰਹੰਦ ਮੌਜੂਦ ਸੀ। ਉੱਥੋਂ ਉਹਨਾਂ ਨੇ ਮੈਨੂੰ ਦੱਸਿਆ ਵੀ ਇੱਦਾਂ ਕਰਕੇ ਆਪਣੇ ਗੱਡੀ ਜਿਹੜੀ ਇੱਕ ਦਿੱਲੀ ਤੋਂ ਪਠਾਨਕੋਟ ਚੱਲਦੀ ਆ ਅਤੇ ਆਪਣੇ ਕੋਲ ਖੰਨਾ ਸਟੇਸ਼ਨ 'ਤੇ ਲੇਕਿਨ ਉਹ ਨਹੀਂ ਰੁਕਦੀ, ਵੀ ਉਹਦੇ ਵਿੱਚੋਂ ਇੱਕ ਬੰਦਾ ਜ਼ਖਮੀ ਹੋ ਕੇ ਜੇਰੇ ਇਲਾਜ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਹੈ, ਵੀ ਆਪ ਉੱਥੇ ਜਾ ਕੇ ਉਹਦੇ ਬਿਆਨ ਹਾਸਲ ਕਰਕੇ ਬਣਦੀ ਕਾਰਵਾਈ ਅਮਲ 'ਚ ਲਿਆਓ। ਲਿਹਾਜ਼ਾ ਮੈਂ ਸਰ ਉੱਥੋਂ ਸਾਥੀ ਕਰਮਚਾਰੀਆਂ ਦੇ ਨਾਲ ਰੇਲਵੇ ਸਟੇਸ਼ਨ ਸਰਹੰਦ ਤੋਂ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਪੁੱਜਾ। ਉੱਥੇ ਪੁੱਜ ਕੇ ਸਰ ਪਤਾ ਲੱਗਿਆ ਮੈਨੂੰ ਮੁਤਾਬਕ ਗਾਰਡ ਇੱਕ ਯਾਤਰੀ ਸੀਗਾ ਯੁਵਰਾਜ ਸਨ ਆਫ ਮੇਜਰ ਸਿੰਘ, ਇਹ ਆਪਣੀ ਮਾਤਾ ਦੇ ਨਾਲ ਬਿਆਸ ਤੋਂ ਪਾਣੀਪਤ ਲਈ ਸਫ਼ਰ ਕਰ ਰਹੇ ਸੀ, ਨਾਲ ਇਹਨਾਂ ਦੀ ਮਾਸੀ ਦਾ ਰਲਕਾ ਵੀ ਸੀਗਾ ਜੀ। ਅਤੇ ਜਦੋਂ ਗੱਡੀ ਇਹਨਾਂ ਦੀ ਚੱਲਦੀ ਹਾਲਤ 'ਚ ਰੇਲਵੇ ਸਟੇਸ਼ਨ ਦਰਾਹਾ ਪਾਸ ਕਰੀ ਜੀ, ਅਤੇ ਉੱਥੋਂ ਬਾਹਰਲੇ ਪਾਸਿਓਂ ਇੱਕ ਪੱਥਰ ਵੱਜਿਆ ਜੀ ਇਹਦੇ ਯੁਵਰਾਜ 'ਤੇ, ਉਹਦੇ ਨਾਲ ਉਹ ਜ਼ਖਮੀ ਹੋਇਆ। ਜ਼ਖਮੀ ਹੋ ਕੇ ਸਰ ਸਰਹੰਦ ਲਾ ਕੇ ਸਟੇਸ਼ਨ ਦੇ ਉੱਤੇ ਦਾਖਲ ਹੋ ਗਿਆ ਸੀ, ਦੇ ਤੂੰ ਬਿਆਨਾਂ ਨੂੰ ਪਹੁੰਚੇ। ਉੱਥੋਂ ਪਤਾ ਲੱਗਿਆ, ਪਤਾ ਕਰਨ ਦੇ ਮੁਤਾਬਕ ਕਾਰਡ ਮੈਨੂੰ ਵੀ ਇਹ 32 ਨੂੰ ਰੈਫਰ ਕਰ ਦਿੱਤੇ ਨੇ, ਅਤੇ ਹਸਪਤਾਲ ਦੇ ਬਾਹਰ ਮੈਨੂੰ ਇਹਦਾ ਜਿਹੜਾ ਮਜਰੂਬ ਆ ਜੀ ਯੁਵਰਾਜ, ਇਹਦੀ ਮਾਸੀ ਦਾ ਲੜਕਾ ਮਿਲ ਗਿਆ ਸੀ ਕਮਲਜੀਤ, ਉਹਦੇ ਬਿਆਨਾਂ ਦੇ ਉੱਤੇ ਮੈਂ ਜੀ ਉੱਥੇ ਫਿਰ ਬਣਦੀ ਸੈਕਸ਼ਨ 152 ਰੇਲਵੇ ਐਕਟ ਦੇ ਵਿੱਚ ਮੁਕੱਦਮਾ ਨੰਬਰ 26 MT 17-7 ਥਾਣਾ GRP ਸਰਹੰਦ ਦਰਜ ਕਰਦੇ ਹਾਂ ਜੀ। ਅਤੇ ਦੋਸ਼ੀਆਂ ਦੀ ਭਾਲ ਹੈ ਜੀ, ਜਿਵੇਂ ਵੀ ਅੱਗੇ ਤਫਤੀਸ਼ ਜਾਰੀ ਆ, ਜੋ ਵੀ ਕਾਰਵਾਈ ਹੋ ਗਈ ਆਪਾਂ ਬਣਦੀ ਤਫਤੀਸ਼ ਨੂੰ ਅੱਗੇ ਦੌਰਾਂਗੇ ਜੀ ਉਸ ਸਾਹਿਬ। ਜਿਸ ਤਰ੍ਹਾਂ ਪਹਿਲਾਂ ਵੀ ਕਈ ਜਗ੍ਹਾ 'ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਨੇ, ਅਤੇ ਪੁਲਿਸ ਦੀ ਸਖ਼ਤੀ ਸੂਈ ਫਿਰ ਕੀ ਹੁੰਦੀ ਹੈ, ਜਾਂਚ ਦਾ ਵਿਸ਼ਾ ਕੀ ਰਹਿੰਦਾ ਜੀ? ਜਾਂਚ ਦਾ ਵਿਸ਼ਾ ਭਾਅ ਜੀ ਮੇਨ ਤਾਂ ਇਹੀ ਹੈ ਵੀ ਟਰੈਕ ਦੇ ਆਲੇ ਦੁਆਲੇ ਜਾਂ ਤਾਂ ਹੁਣ ਜਿੱਦਾਂ ਬੱਚੇ ਖੇਡਦੇ ਹੁੰਦੇ ਨੇ ਜੀ, ਕਿਉਂਕਿ ਜਿਹੜਾ ਪਰਸਨ ਹੈ ਕੋਈ ਵੀ ਜੰਗ ਜਾਂ ਆਪਾਂ ਬੰਦਾ ਕਹਿ ਲਈਏ ਓਲਡ ਏਜ, ਉਹ ਇਹ ਘਟਨਾ ਨਹੀਂ ਕਰੇਗਾ, ਪੱਥਰ ਨਹੀਂ ਮਾਰੇਗਾ ਸਵਾਰੀ 'ਤੇ। ਜਾਂ ਕੋਈ ਸਰ ਇੱਦਾਂ ਹੋ ਸਕਦਾ ਵੀ ਜਿੱਦਾਂ ਕੋਈ ਨੀਮ ਪਾਗਲ ਹੋਵੇ, ਉਹ ਇਹ ਹਰਕਤ ਕਰ ਸਕਦਾ ਹੈ। ਇਹ ਦੋ ਹੀ ਜ਼ਿਆਦਾਤਰ ਮਤਲਬ ਸ਼ੱਕ ਦੀ ਸੂਈ ਇਹਨਾਂ 'ਤੇ ਆਉਂਦੀ ਹੈ ਵੀ ਜਾਂ ਤਾਂ ਮੰਦਬੁੱਧੀ ਬੱਚਾ ਕੋਈ ਜਾਂ ਮੰਦਬੁੱਧੀ ਵਿਅਕਤੀ ਹੀ ਪੱਥਰ ਮਾਰ ਸਕਦਾ, ਨਹੀਂ ਤਾਂ ਇਨਸਾਨ ਇਨਸਾਨ ਨੂੰ ਪੱਥਰ ਨਹੀਂ ਮਾਰਦਾ, ਖਾਸ ਕਰਕੇ ਪੰਜਾਬ ਦੇ ਵਿੱਚ। ਜੇ ਇਸ ਤਰ੍ਹਾਂ ਦੀ ਘਟਨਾ ਤੋਂ ਬਾਅਦ ਜਿਹੜੀ ਹੈ ਕੋਈ ਰੇਲ ਗੱਡੀ ਨੂੰ ਰੋਕਣਾ ਪਿਆ ਜੀ? ਨਹੀਂ, ਰੇਲ ਗੱਡੀ ਜਿਹੜੀ ਹੈ ਸਫ਼ਰ ਦੇ ਵਿੱਚ ਸੀ, ਰਨਿੰਗ ਪੋਜੀਸ਼ਨ ਦੇ ਵਿੱਚ ਸੀ, ਆਪਣੇ ਕੋਲ ਸਟੋਪੇਜ ਨਹੀਂ ਸੀ, ਸਰਹੰਦੇ ਦਾ ਬਕਾਇਦਾ ਸਟੋਪੇਜ ਸੀ, ਸਟੋਪੇਜ ਦੇ ਦੌਰਾਨ ਇਹਨੂੰ ਉੱਥੇ ਲਾਇਆ ਗਿਆ, ਫਸਟ ਏਡ ਦੇ ਕੇ ਦੇਖ ਲਓ ਟ੍ਰੀਟਮੈਂਟ ਲਈ ਫਤਿਹਗੜ੍ਹ ਸਾਹਿਬ ਪੁਲਿਸ ਪਾਰਟੀ ਨੇ ਭੇਜ ਦਿੱਤਾ ਸੀਗਾ।